ਫਲ ਗੁਣ ਅਨੰਦ ਉਪਾਰ ਜਨਾ ਹਰ ਸੱਜਣ ਪ੍ਰਗਟਿ ਆਈ ਸੰਤ ਸਹਾਈ ਰਾਮ ਕੀ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਛ ਪੁੰਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੀ ਹਾ ਅਵਰ ਨਾ ਦਿਸਈ ਕੋਈ ਦੁਜਾ ਲਵੈ ਨਾ ਲਾਏ हलत पलत निह चल दितियन जाए संसार सागर तीर ਬਹੁੜ ਨਾ ਜਨਮ ਧਾਈ ਜਿਹਵਾ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਏ ਜਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਈ ਫਲਗੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਾ ਤਮਾਈ ਫਗਣ ਦਾ ਮਹੀਨਾ ਦਿਨ ਮੰਗਲਵਾਰ 13 ਤਰੀਕ ਨੂੰ ਆਰੰਭ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੁਖ ਸ਼ਾਂਤੀ ਦੇ ਨਾਲ ਮਹੀਨਾ ਬਤੀਤ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਸ੍ਰੀ ਗੁਰੂ ਅਰਜਨ ਦੇਵ ਜੀ ਫੱਗਣ ਦੇ ਮਹੀਨੇ ਦੇ ਰਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ 12 ਮਹਾਦੀ ਪਾਵਨ ਪਵਿੱਤਰ ਗੁਰਬਾਣੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਫਲਗੁਣ ਆਨੰਦ ਉਪਾਰਜਨਾ ਹਾਰੇ ਸੱਜਣ ਪ੍ਰਗਟਿ ਆਏ ਫਲਗੁਣ ਇੱਥੇ ਫੱਗਣ ਦੇ ਮਹੀਨੇ ਨੂੰ ਆਕਿਆ ਗਿਆ ਹੈ ਫੱਗਣ ਦੇ ਮਹੀਨੇ ਵਿੱਚ ਉਪਾਰਜਨਾ ਉਪਜ ਜਾਂ ਪ੍ਰਕਾਸ਼ ਕਹਿ ਲਈਏ ਸਿਆਲੀ ਰੁੱਤ ਦੀ ਕਰੜੀ ਸਰਦੀ ਦੇ ਵਿੱਚੋਂ ਇਸ ਮਹੀਨੇ ਦੇ ਵਿੱਚ ਬਹਾਰ ਵਾਲੀ ਰੁੱਤ ਆਂਦੀ ਐ ਫੱਗਣ ਮਹੀਨੇ ਵਿੱਚ ਲੋਕ ਹੋਲੀਆਂ ਦੇ ਰੰਗ ਤਮਾਸ਼ਿਆਂ ਦੇ ਰਾਂ ਖੁਸ਼ੀਆਂ ਮਨਾਉਂਦੇ ਨੇ ਸਤਿਗੁਰੂ ਜੀ ਫਰਮਾਉਂਦੇ ਹਨ ਫੱਗਣ ਦੇ ਵਿੱਚ ਉਹ ਜੀਵ ਇਸਤਰੀਆਂ ਜੀਵ ਇਸਤਰੀਆਂ ਤੋਂ ਭਾਵ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਤੀ ਮੰਨਿਆ ਹੈ ਆਪਾਂ ਸਾਰੇ ਹੀ ਉਸ ਪਰਮੇਸ਼ਰ ਦੀਆਂ ਜੀਵ ਇਸਤਰੀਆਂ ਹਾਂ ਉਹ ਸਾਡਾ ਸਹੂ ਹੈ ਪਤੀ ਹੈ ਪਰਮੇਸ਼ਰ ਹੈ ਫੱਗਣ ਦੇ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਹਰੀ ਪ੍ਰਤਖ ਆਵਸਦਾ ਹੈ ਉਰਵਸਦਾ ਕਿਸ ਤਰ੍ਹਾਂ ਹੈ ਕੌਣ ਸਹਾਈ ਹੁੰਦਾ ਹੈ ਕਿਹੜਾ ਵਿਚੋਲਾ ਬਣਦਾ ਹੈ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਫਰਮਾਉਂਦੇ ਹਨ ਸੰਤ ਸਹਾਈ RAM ਕੇ ਕਰ ਕਿਰਪਾ ਦੀ ਆ ਮਿਲਾਏ RAM ਕੇ ਸਹਾਈ ਪਰਮਾਤਮਾ ਨਾਲ ਮਿਲਣ ਦੇ ਵਿੱਚ ਜੋ ਸਹਾਇਤਾ ਕਰਨ ਵਾਲੇ ਹਨ ਉਹ ਸੰਤ ਜਨ ਉਹਨਾਂ ਨੂੰ ਰਾਮ ਕੇ ਸਹਾਈ ਆਖਿਆ ਹੈ ਸਤਿਗੁਰੂ ਜੀ ਪਰਮਉਂਦੇ ਹਨ ਪ੍ਰਮਾਤਮਾ ਨਾਲ ਮਿਲਣ ਦੇ ਵਿੱਚ ਸਹਾਇਤਾ ਕਰਨ ਵਾਲੇ ਸੰਤ ਜਨ ਉਹਨਾਂ ਨੇ ਮਿਹਰ ਕੀਤੀ ਮਿਹਰ ਕਰਕੇ ਉਹਨਾਂ ਨੇ ਪ੍ਰਭੂ ਦੇ ਨਾਲ ਕਰ ਕਿਰਪਾ ਦੀਆ ਮਿਲਾਏ ਜੋੜ ਦਿੱਤਾ ਜੋ ਪਰਮੇਸ਼ਰ ਦੇ ਨਾਲ ਜੋੜਦਾ ਹੈ ਉਹ ਸੰਤ ਜਨ ਹੈ ਜੋ ਤੋੜਦਾ ਹੈ ਉਹ ਸ਼ਰੀਕ ਬਣਦਾ ਹੈ ਭਾਈ ਇਸ ਕਰਕੇ ਉਸ ਦਾ ਸਤਕਾਰ ਕਰਨਾ ਚਾਹੀਦਾ ਹੈ ਜੋ ਆਪਣੀ ਵੱਖਰੀ ਗੱਦੀ ਨਹੀਂ ਲੁੰਦਾ ਜੋ ਪਰਮੇਸ਼ਰ ਦੇ ਨਾਲ ਜੋੜਦਾ ਹੈ ਸਤਿਗੁਰੂ ਜੀ ਪਰਮਉਂਦੇ ਹਨ ਇਸ ਤਰ੍ਹਾਂ ਉਹਨਾਂ ਸੰਤ ਜਨਾਨੇ ਵਿੱਚ ਆਪ ਸਹਾਈ ਹੋ ਕੇ ਮੇਰੀ ਸਹਾਇਤਾ ਕੀਤੀ ਉਸ ਸਹਾਇਤਾ ਕਰਨ ਵਾਲੇ ਹਨ ਜਿਨ੍ਹਾਂ ਨੇ ਮੇਹਰ ਕਰਕੇ ਉਸ ਪਰਮੇਸ਼ਰ ਦੇ ਨਾਲ ਜੋੜ ਦਿੱਤਾ ਜੋ ਪਰਮੇਸ਼ਰ ਨਾਲ ਜੋੜ ਦਿੰਦੇ ਹਨ ਪਰਮੇਸ਼ਰ ਦੇ ਨਾਲ ਜੁੜਿਆਂ ਹੁਣ ਜੀਵ ਨੂੰ ਪ੍ਰਾਪਤੀ ਸੁਖ ਦੀ ਹੋਈ ਸਤਿਗੁਰੂ ਜੀ ਫਰਮਉਂਦੇ ਹਨ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਹੀਂ ਜਾਏ ਸੇਜ ਹਿਰਦੇ ਨੂੰ ਆਖਿਆ ਗਿਆ ਇੱਥੇ ਜਾਇਦਾ ਭਾਵ ਹੈ ਥਾਂ ਉਹਨਾਂ ਦਾ ਹਿਰਦਾ ਰੂਪੀ ਛੇਜ ਸੁੰਦਰ ਬਣ ਗਈ ਸੋਹਣੀ ਬਣ ਗਈ ਉਹਨਾਂ ਨੂੰ ਸਾਰੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਗਈ ਛੇਜ ਸੁਹਾਵੀ ਸਰਬ ਸੁਖ ਹਿਰਦਾ ਰੂਪੀ ਛੇਜ ਸੋਹਣੀ ਹੋ ਗਈ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ ਫਿਰ ਦੁੱਖਾਂ ਲਈ ਉਹਨਾਂ ਦੇ ਹਿਰਦੇ ਦੇ ਵਿੱਚ ਕਿਤੇ ਰਤਾਂ ਵੀ ਥਾਂ ਨਹੀਂ ਰਹਿ ਜਾਂਦੀ ਹੁਣ ਦੁੱਖਾਂ ਨਹੀਂ ਜਾਏ ਹੁਣ ਦੁੱਖਾਂ ਵਾਸਤੇ ਕੋਈ ਜਗ੍ਹਾ ਨਹੀਂ ਭਾਵ ਕੇ ਪਰਮੇਸ਼ਰ ਨਾਲ ਮਿਲਣ ਤੋਂ ਮਗਰੋਂ ਐਸਾ ਸੁਖ ਪ੍ਰਾਪਤ ਹੋਇਆ ਕਿ ਦੁੱਖ ਵਾਸਤੇ ਕੋਈ ਗੰਜੈਸੀ ਨਹੀਂ ਵਾਰ-ਵਾਰ ਦੁੱਖ ਨਹੀਂ ਆਉਂਦਾ ਇੱਚ ਪੁੰਨੀ ਵਡ ਭਗਣੀ ਵਰ ਪਾਇਆ ਹਾਰੇ ਰਾਏ ਵਰ ਪਤੀ ਖਸਮ ਕਿਸ ਨੇ ਆਖਿਆ ਗਿਆ ਹੈ ਪ੍ਰਭੂ ਨੂੰ ਤਾਂ ਸਤਿਗੁਰੂ ਜੀ ਫਰਮੁੰਦੇ ਹਨ ਉਹਨਾਂ ਵੱਡ ਭਾਗਣ ਵੱਡਿਆਂ ਭਾਗਾ ਵਾਲੀਆਂ ਜੀਵ ਇਸਤਰੀਆਂ ਦੀ ਮਨੋ ਕਾਮਨਾ ਪੂਰੀ ਹੋਈ ਹੈ ਪੂਰੀ ਹੋ ਜਾਂਦੀ ਹੈ ਉਹਨਾਂ ਨੂੰ ਹਰੀ ਪ੍ਰਭੂ ਕਸਮ ਮਿਲ ਪੈਂਦਾ ਹੈ ਕਿਨਾਂ ਨੂੰ ਜੋ ਗੁਰੂ ਵਾਲੇ ਬਣ ਗਏ ਨੇ ਉਹ ਹਰੀ ਪਰਮੇਸ਼ਰ ਦੇ ਪਿਆਰ ਦੇ ਵਿੱਚ ਭਿੱਜੇ ਹੋਏ ਉਸ ਪਰਮੇਸ਼ਰ ਨੂੰ ਪਾ ਲੈਂਦੇ ਨੇ ਫਿਰ ਖੁਸ਼ੀਆਂ ਹੀ ਖੁਸ਼ੀਆਂ ਨੇ ਸਤਗੁਰੂ ਜੀ ਪਰਮਉNDE ਮਿਲ ਸਹੀ ਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਇ ਗਾਵਹੀ ਗੰਧੀਆਂ ਨੇ ਮੰਗਲ ਹੁੰਦੇ ਹਨ ਖੁਸ਼ੀ ਦੇ ਗੀਤ ਉਹ ਖੁਸ਼ੀ ਦੇ ਗੀਤ ਜੋ ਆਤਮਿਕ ਆਨੰਦ ਪੈਦਾ ਕਰਦੇ ਨੇ ਉਹ ਖੁਸ਼ੀ ਦੇ ਗੀਤ ਜੋ ਵਕਾਰ ਨਹੀਂ ਪੈਦਾ ਕਰਦੇ ਸਿਫਤ ਸਲਾਹ ਦੀ ਬਾਣੀ ਪਰਮੇਸ਼ਰ ਦੀ ਅਲਾਏ ਉਚਾਰ ਕੇ ਅਲਾਪ ਲਾ ਕਰਕੇ ਗੁੰਦੇ ਨੇ ਜਿਸ ਤਰ੍ਹਾਂ ਪਤੀ ਦੇ ਮਿਲਣ ਦੇ ਵਿੱਚ ਖੁਸ਼ੀ ਦੇ ਕਰਕੇ ਗੀਤ ਗਏ ਜਾਂਦੇ ਨੇ ਆਪਾਂ ਵਿਆਹਾਂ ਦੇ ਵਿੱਚ ਵੇਖਦੇ ਹਾਂ ਉਸੇ ਤਰ੍ਹਾਂ ਜਿਹੜੇ ਸਤ ਸੰਗੀ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਦੀ ਪ੍ਰਾਪਤੀ ਤੇ ਸਤ ਸੰਗਤ ਰੂਪੀ ਸਹਿਲੀਆਂ ਦੇ ਵਿੱਚ ਜਾ ਕਰਕੇ ਬੈਠਦੇ ਨੇ ਸੰਗਤ ਕਰਦੇ ਨੇ ਗੁਰੂ ਦੇ ਹਜੂਰ ਬੈਠਦੇ ਨੇ ਸੰਗਤ ਵਿੱਚ ਆ ਕਰਕੇ ਫੇਰ ਉਹ ਵੀ ਖੁਸ਼ੀ ਦੇ ਗੀਤ ਗਾਉਂਦੇ ਨੇ ਉਹ ਕਿਹੜੇ ਨੇ ਉਹ ਸਤ ਸੰਗੀ ਸਹੇਲੀਆਂ ਨਾਲ ਰਲ ਕੇ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਆਲਾਪ ਕੇ ਆਤਮਿਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਦੇ ਗੀਤ ਜੀਵ ਇਸਤਰੀਆਂ ਗੰਦੀਆਂ ਹਨ ਮਿਲ ਸਹੀ ਆ ਮੰਗਲ ਗਾਵਹੀ ਗੀਤ ਗੋਬਿੰਦ ਆਲਾਏ ਉਸ ਪਰਮੇਸ਼ਰ ਦੀ ਸਿਫਤ ਸਲਾਹ ਦੇ ਗੀਤ ਉਹ ਜੀਵ ਇਸਤਰੀਆਂ ਗੰਦੀਆਂ ਹਨ ਸਤ ਸੰਗਤ ਰੂਪੀ ਸਹਿਲੀਆਂ ਵਿੱਚ ਬੈਠ ਕਰਕੇ ਕਿਸ ਤਰ੍ਹਾਂ ਗੁਣਗੁੰਦੀਆਂ ਹਨ ਪਰਮੇਸ਼ਰ ਦੇ ਹਰ ਜਿਹਾ ਅਵਰਨੰਦ ਸਈ ਕੋਈ ਦੂਜਾ ਲਵੈ ਨ ਲਾਏ ਦਿਸਈ ਤੋਂ ਭਾਵ ਹੈ ਦਿਸਦਾ ਲਵੈ ਤੋਂ ਨੇੜੇ ਲਵੈ ਲਾਉਣੇ ਨੇੜੇ ਤੇੜੇ ਇਰਦ ਗਿਰਦ ਲਵੈ ਨ ਲਾਏ ਸਤਿਗੁਰੂ ਜੀ ਪਰਮੁੰਦੇ ਨੇੜੇ ਤੇੜੇ ਦਾ ਕੋਈ ਬਰਾਬਰੀ ਕਰਨ ਯੋਗ ਹੈ ਹੀ ਨਹੀਂ ਉਸ ਪਰਮੇਸ਼ਰ ਦੀ ਅਰਥੇ ਬਣਦਾ ਹੈ ਹਰ ਜਿਹਾਂ ਵਰਨ ਨ ਦਿੱਸਈ ਉਸ ਪ੍ਰਮਾਤਮਾ ਵਰਗਾ ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਨਹੀਂ ਦਿਸਦਾ ਕੋਈ ਦੂਜਾ ਲਵੇ ਨਾ ਲਾਏ ਕੋਈ ਦੂਜਾ ਉਹਨਾਂ ਨੂੰ ਕਿਤੇ ਦਿਸਦਾ ਹੀ ਨਹੀਂ ਜਿਹਦੇ ਗੁਣ ਗਏ ਜਾਣ ਜਿਹੜਾ ਪਰਮੇਸ਼ਰ ਦੀ ਬਰਾਬਰੀ ਕਰਨ ਵਾਲਾ ਹੋਵੇ ਕਿਉਂਕਿ ਉਹ ਪਰਮੇਸ਼ਰ ਹੀ ਐਸਾ ਹੈ ਹਲਤ ਪਲਤ ਸਵਾਰਿ ਹੋਨ ਨਿਹਚਲ ਦਿੱਤੀਨ ਜਾਏ ਹਲਤ ਹੁੰਦਾ ਹੈ ਇਹ ਲੋਕ ਜਿੱਥੇ ਆਪਾਂ ਰਹਿ ਰਹੇ ਆ ਪਲਤ ਹੁੰਦਾ ਹੈ ਪਰਲੋਕ ਇਸ ਜੀਵ ਨੇ ਜਦੋਂ ਚੜਾਈ ਕਰਕੇ ਜਿੱਥੇ ਜਾਣਾ ਹੈ ਉਹ ਪਰਲੋਕ ਹੈ ਸਵਾਰਿਓਨ ਦਾ ਭਾਵ ਸਵਾਰ ਦਿੱਤਾ ਦਿੱਤੀਨ ਦਾ ਭਾਵ ਉਸ ਪਰਮੇਸ਼ਰ ਨੇ ਦਿੱਤੀ ਜਾਇਦਾ ਪਾਵ ਹੈ ਥਾਂ ਦੁਨਿਆਵੀ ਬੰਦਾ ਤੇ ਇਸ ਮਾਤ ਲੋਕ ਦੇ ਵਿੱਚ ਕਿਸੇ ਦਾ ਕੋਈ ਕਾਰਜ ਜੋ ਹੈ ਉਹ ਸਦਾ ਨਹੀਂ ਸਵਾਰ ਸਕਦਾ ਇਸ ਕਰਕੇ ਉਸ ਪਰਮੇਸ਼ਰ ਦੇ ਜੋ ਜੀਵ ਗੁਣ ਗੰਧੇ ਹਨ ਉਹ ਪਰਮੇਸ਼ਰ ਇੱਥੇ ਵੀ ਸੁਖ ਦਿੰਦਾ ਅਗਲਾ ਵੀ ਸਵਾਰਦਾ ਹੈ ਮਹਾਰਾਜ ਪਰਮਉੰਦੇ ਹਲਤ ਪਲਤ ਸਵਾਰਿਓਨ ਉਸ ਪਰਮਾਤਮਾ ਨੇ ਉਹਨਾਂ ਸਤ ਸੰਗੀਆਂ ਦਾ ਲੋਕ ਤੇ ਪਰਲੋਕ ਵੀ ਸਵਾਰ ਦਿੱਤਾ ਨਿਹਚਲੇ ਦਿੱਤੀ ਅਨਜਾਏ ਆਪਣੇ ਚਰਨਾਂ ਦੇ ਵਿੱਚ ਲਿਵ ਲੀਨਤਾ ਵਾਲੀ ਐਸੀ ਥਾਂ ਬਖਸ਼ੀ ਜੋ ਕਦੇ ਡੋਲਦੀ ਨਹੀਂ ਭਾਵ ਹੁਣ ਜੀਵ ਭਟਕਦਾ ਨਹੀਂ ਕਿ ਪਰਮੇਸ਼ਰ ਦਾ ਦਰ ਛੱਡ ਕੇ ਹੋਰ ਵੀ ਕਿਤੇ ਜਾਣਾ ਪਵੇਗਾ ਹੋਰ ਐਸੀ ਬਖਸ਼ਿਸ਼ ਕੀਤੀ ਪਰਮੇਸ਼ਰ ਨੇ ਸੰਸਾਰ ਸਾਗਰ ਤੇ ਰਖੇਨ ਬਹੁੜਾ ਜਨਮੈ ਧਾਏ ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਜਨਮਾਂ ਦੇ ਗੇੜ ਦੇ ਵਿੱਚ ਉਹ ਵਾਰ-ਵਾਰ ਨਹੀਂ ਪੈਂਦੇ ਉਹਨਾਂ ਦੀ ਦੌੜ ਭੱਜ ਜੋ ਹੈ ਉਹ ਨਹੀਂ ਹੁੰਦੀ ਕਿ ਹੁਣ ਇੱਕ ਜਨਮ ਲਿਆ 83 ਦੇ ਗੇੜ ਦੇ ਵਿੱਚ ਪੈ ਗਏ ਵਾਰ-ਵਾਰ ਜੰਮਦੇ ਤੇ ਮਰਦੇ ਰਹਿਣ ਮਹਾਰਾਜ ਫਰਮਉਂਦੇ ਨਹੀਂ ਉਹ ਦੌੜ ਭੱਜ ਖਤਮ ਹੋ ਗਈ ਪਰਮੇਸ਼ਰ ਨੇ ਆਪਣੇ ਚਰਨਾਂ ਦੇ ਨਾਲ ਇਹਨਾਂ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਹੱਥ ਦੇ ਕਰਕੇ ਰੱਖ ਲਿਆ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਇਸ ਤਰ੍ਹਾਂ ਉਸ ਪਰਮੇਸ਼ਰ ਦੇ ਗੁਣ ਬਹੁਤ ਨੇ ਤੇ ਗਾਉਣ ਗਾਉਣ ਵਾਸਤੇ ਸਿਫਤਾਂ ਕਰਨ ਵਾਸਤੇ ਜ਼ਬਾਨ ਤੇ ਅਕਿਆ ਇਸ ਕਰਕੇ ਜਿੰਨੇ ਵੀ ਗੁਣ ਗਾਏ ਜਾਣ ਥੋੜੇ ਨੇ ਇੱਕ ਜ਼ਬਾਨ ਤੋਂ ਉਹਦੇ ਗੁਣ ਹੀ ਨਹੀਂ ਗਾਏ ਜਾ ਸਕਦੇ ਮਹਾਰਾਜ ਫਰਮਾਉਂਦੇ ਜਿਹਾ ਵਾ ਏਕ ਅਨੇਕ ਗੁਣ ਰੇ ਨਾਨਕ ਚਰਣੀ ਪਾਏ ਏ ਨਾਨਕ ਸਾਡੀ ਇਕ ਜੀਵ ਹੈ ਪ੍ਰਭੂ ਦੇ ਗੁਣ ਅਨੇਕ ਹਨ ਅਸੀਂ ਇਕ ਜੀਵ ਦੇ ਨਾਲ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਪਰ ਇਹ ਗੱਲ ਹੈ ਕਿ ਜਿਹੜੇ ਜੀਵ ਉਸ ਪਰਮੇਸ਼ਰ ਦੇ ਚਰਨੀ ਜਾ ਪੈਂਦੇ ਨੇ ਹੋਰ ਆਸਰੇ ਛੱਡ ਕੇ ਉਸੇ ਦਾ ਹੀ ਆਸਰਾ ਤੱਕਦੇ ਨੇ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ ਇਸ ਤਰ੍ਹਾਂ ਮਹਾਰਾਜ ਫੱਗਣ ਦੇ ਮਹੀਨੇ ਰਾਈ ਉਪਦੇਸ਼ ਬਖਸ਼ਿਸ਼ ਕਰਦੇ ਨੇ ਫਾਲਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨ ਤਮਾਏ ਤਿਲ ਹੁੰਦਾ ਹੈ ਰੱਤਾ ਭਰ ਵੀ ਤਮਾਏ ਤਮਾ ਲਾਲਚ ਫੱਗਣ ਦੇ ਮਹੀਨੇ ਵਿੱਚ ਹੋਲੀਆਂ ਆਦਿਕ ਵਿੱਚੋਂ ਆਨੰਦ ਲੱਭਣ ਦੀ ਥਾਂ ਤੇ ਕੀ ਕਰਨਾ ਚਾਹੀਦਾ ਹੈ ਕੀ ਖੁਸ਼ੀ ਸਾਨੂੰ ਚਾਹੀਦੀ ਹੈ ਸਤਿਗੁਰੂ ਜੀ ਫਰਮਾਉਂਦੇ ਸਦਾ ਉਸ ਪਰਮਾਤਮਾ ਦੀ ਸਿਫਤ-ਸਲਾਹ ਕਰਨੀ ਚਾਹੀਦੀ ਹੈ ਜਿਸ ਨੂੰ ਆਪਣੀ ਵਿਡਿਆਈ ਕਰਾਉਣ ਦਾ ਰਤਾ ਭਰਵੀ ਲਾਲਚ ਨਹੀਂ ਹੈ ਇਹਦੇ ਵਿੱਚ ਹੀ ਸਾਡਾ ਸਾਰਿਆਂ ਦਾ ਭਲਾ ਹੈ ਸੋ ਸਤਿਗੁਰੂ ਜੀ ਫੱਗਣ ਦੇ ਮਹੀਨੇ ਰਾਂ ਹੀ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ 12 ਮਹਾ ਦੀ ਪਾਵਨ ਬਾਣੀ ਦੇ ਮੁਤਾਬਕ ਇਹ ਇਸ ਸਾਲ ਦਾ ਅਖੀਰਲਾ ਮਹੀਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂਕੀਆਂ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਹੋਰ ਇਸੇ ਤਰ੍ਹਾਂ ਗੁਰਬਾਣੀ ਦੀਆਂ ਵੀਡੀਓ ਸਹਿਜ ਪਾਠ ਦੀਆਂ ਵੀਡੀਓ ਸਾਡੇ ਚੈਨਲ ਤੇ ਚੱਲ ਰਹੀਆਂ ਨੇ ਦੇਖਣ ਵਾਸਤੇ ਇਤਿਹਾਸ ਦੀਆਂ ਕਥਾ ਸੁਣਨ ਵਾਸਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਪਣੇ ਦਰਮਾਨ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ ਮਹੀਨਾ ਸ਼ੁਕਸ਼ਾਂਦੀ ਨਾਲ ਬਤੀਤ ਕਰਨ ਸੋ ਹੋਰ ਵੀ ਸੰਗਤਾਂ ਵੱਧ ਚੜ੍ਹ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਲਾਈਕ ਜਰੂਰ ਕਰਨਾ ਹੋਰ ਆਪਣੇ ਵਿਚਾਰ ਕਮੈਂਟਾਂ ਦੇ ਲਈ ਆਪ ਜੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਯਤਨ ਕਰਾਂਗੇ ਕਮੈਂਟਾਂ ਲਈ ਜਵਾਬ ਜੀ ਵਿਚਾਰ ਕਰੋਗੇ ਉਹਨਾਂ ਦੇ ਜਵਾਬ ਦਿੱਤੇ ਜਾਣ ਮਰਜ਼ ਕਰਪਾ ਕਰਨ ਅੱਗੇ ਵੀ ਸੇਵਾ ਲੈਂਦੇ ਰਹਿਣ ਸਮਾਪਤੀ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ